ਸਾਲ ਪਹਿਲਾਂ ਪਾਕਿਸਤਾਨ ਨਾਲ ਲੱਗੀ ਕਾਰਗਿਲ ਦੀ ਲੜਾਈ ਵਿੱਚ ਜਾਨ ਮਾਰਨ ਵਾਲੇ ਸ਼ਹੀਦਾਂ ਦੀ ਲਿਸਟ ਉਦਾਂ ਤਾਂ ਬਹੁਤ ਲੰਮੀ ਹੈ, ਪਰ ਇਕੱਲੇ ਪੰਜਾਬ ਦੇ ਹੁਸ਼ਿਆਰਪੁਰ ਦੇ ਹੀ 13 ਨੌਜਵਾਨਾਂ ਨੇ ਦੇਸ਼ ਦੀ ਖਾਤਰ ਆਪਣਾ ਬਲੀਦਾਨ ਦਿੱਤਾ ਸੀ, ਜਿਨ੍ਹਾਂ ਵਿੱਚੋਂ ਬਲਵਿੰਦਰ ਸਿੰਘ ਨਾਂ ਦਾ ਸ਼ਹੀਦ ਵੀ ਸ਼ਾਮਿਲ ਸੀ। ਦੁੱਖ ਦੀ ਗੱਲ ਤਾਂ ਇਹ ਹੈ ਕਿ ਸ਼ਹੀਦ ਨੇ ਦੇਸ਼ ਦੀ ਖਾਤਰ ਆਪਣੀ ਜਾਨ ਕੁਰਬਾਨ ਕਰ ਦਿੱਤੀ, ਪਰ ਉਸੇ ਸ਼ਹੀਦ ਦਾ ਪਰਿਵਾਰ ਸਰਕਾਰ ਤੋਂ ਅੱਜ ਵੀ ਆਸ ਲਾ ਕੇ ਬੈਠਾ ਕਿ ਸਰਕਾਰ ਆਪਣੇ ਵੱਲੋਂ ਕੀਤੇ ਵਾਅਦੇ ਜ਼ਰੂਰ ਪੂਰੇ ਕਰੇਗੀ। ਪਰ ਅੱਜ ਤੱਕ ਸ਼ਹੀਦ ਦੇ ਪਰਿਵਾਰਾਂ ਨੂੰ ਭਰੋਸਾ ਦਿਵਾਉਣ ਤੋਂ ਸਿਵਾ ਕੁਝ ਵੀ ਹਾਸਿਲ ਨਹੀਂ ਹੋਇਆ। ਇਸੇ ਤਰ੍ਹਾਂ ਪਿੰਡ ਰੈਪੁਰ ਦੇ ਸ਼ਹੀਦ ਜਵਾਨ ਰਾਜੇਸ਼ ਕੁਮਾਰ ਦਾ ਪਰਿਵਾਰ ਵੀ ਸਰਕਾਰੀ ਸਹੂਲਤਾਂ ਤੋਂ ਵਾਂਝਾ ਹੈ। ਉਹਨਾਂ ਦਾ ਕਹਿਣਾ ਕਿ ਪਹਿਲਾਂ ਤਾਂ ਬਲੀਦਾਨ ਦਿਵਸ ਸਾਨੂੰ ਬੁਲਾਇਆ ਜਾਂਦਾ ਸੀ, ਪਰ ਹੁਣ ਲੱਗਦਾ ਹੈ ਕਿ ਸਰਕਾਰ ਸਾਡੇ ਪੁੱਤਾਂ ਦੀ ਕੁਰਬਾਨੀ ਨੂੰ ਭੁੱਲ ਚੁੱਕੀ ਹੈ। ਦੱਸਦੇ ਨਹੀਂ ਸੀ ਕਿ ਉਹ ਮੈਨੂੰ ਵੀ ਪਹਿਲਾਂ ਜਿਸ ਲਈ ਉਹ ਆਏ ਤਾਂ ਚਾਚੂ ਭੁਲਾਈ ਪਹਿਲਾਂ ਉਹਨੂੰ ਜਾਣੀ ਕਿ ਭਰਾ ਮੇਰੇ ਨੂੰ ਦੱਸ ਦਿੱਤਾ ਸੀ ਵੱਡੇ ਨੂੰ, ਅਤੇ ਜਿਸ ਲਈ ਵੱਡਾ ਫਿਰ ਕਹਿਣ ਲੱਗਾ ਭਈ ਇਹਨਾਂ ਦਾ ਛੋਟਾ ਮਾਮਾ ਉੱਥੇ ਗੜ੍ਹ ਸਿੰਘ ਨੌਕਰੀ ਕਰਦਾ ਸੀ ਕਿ ਉਹਨੇ ਕਦੋਂ ਆਉਣਾ ਆ, ਅਤੇ ਮੈਂ ਕਿਹਾ ਫਿਰ ਮੈਨੂੰ ਕਾਹਤੇ ਨੂੰ ਦੱਸਦੇ ਕਿ ਉਹਨੇ ਤੋਂ ਕੀ ਤੁਸੀਂ ਕਰਾਉਣਾ ਆ, ਤਾਂ ਕਹਿੰਦਾ ਨਹੀਂ। ਮੈਂ ਕਿਹਾ ਮੈਂ ਇਹਨਾਂ ਨੂੰ ਫੋਨ ਕਰਕੇ ਪੁੱਛਦੀ ਹਾਂ, ਜਿਵੇਂ ਰੌਲਾ ਜ਼ਰੂਰ ਤਾਂ ਅਖਬਾਰਾਂ 'ਚ ਆਉਂਦਾ ਸੀਗਾ, ਟੀ ਵੀ 'ਚ ਆਉਂਦੀਆਂ ਸੀਗੀਆਂ, ਇਹ ਕਹਿੰਦਾ ਕਿਹਨੂੰ ਫੋਨ ਕਰ ਲੈਗੀ ਆ, ਉਹ ਤਾਂ ਪਿੰਡ ਆ ਗਿਆ। ਫਿਰ ਉਹ ਮੁੰਡੇ ਚਾਨੂ ਮੈਂ ਨਾਲ ਹੀ ਫਿਰ ਜਸ ਪਿੰਡ ਚਲੇ ਗਿਆ ਪਿੰਡ ਇਕੱਲੇ। ਉਹ ਤੋਂ ਬਾਅਦ ਜਿੱਦਾਂ ਨਾ 2 ਜੂਨ ਇਹ 10ਵੇਂ ਮਹੀਨੇ 6 ਤਰੀਕ ਨੂੰ ਮੈਨੂੰ ਸਰਵਿਸ ਮਿਲ ਗਈ ਸੀ, ਸਰਕਾਰ ਨੇ ਸਰਵਿਸ ਦਿੱਤੀ। ਹਾਂ, ਡੀ ਜੀ ਸਾਹਿਬ ਸੀਗੇ ਉਦੋਂ, ਅਗਰਵਾਲ ਸਿੰਘ, ਆਪਣੇ ਐਜੂਕੇਸ਼ਨ ਡਿਪਾਰਟਮੈਂਟ ਵਿੱਚ 4 ਕਲਾਸ ਦੀ ਨੌਕਰੀ ਮਿਲ ਗਈ ਸੀ। ਅਤੇ ਕੀ ਘਰ ਦਾ ਗੁਜ਼ਾਰਾ ਚੱਲ ਪਾਉਂਦਾ ਇਹਦੇ ਨਾਲ? ਸਾਨੂੰ ਪਿੰਡ ਆਏ ਅਤੇ ਪਿੰਡ ਆਇਆ ਸਾਨੂੰ ਅੰਦਰ ਪਤਾ ਹੀ ਨਹੀਂ, ਤੜਕੇ ਦੇ ਆਇਆ ਉਸ ਕੋਟ ਤੂੰ ਹੀ ਪੈਦਾ ਸਾਨੂੰ ਨੇੜੇ, ਜਦ ਦਿਨ ਦਾ ਚੜ੍ਹਾ ਹੋਇਆ ਤਾਂ ਪਿੰਡ ਆ ਗਿਆ। ਅਸੀਂ ਤਾਂ ਮੈਂ ਸੁੱਤੀ ਪਈ ਅੰਦਰ, ਮੈਨੂੰ ਕੋਈ ਨਹੀਂ ਪਤਾ, ਅਸੀਂ ਸਰਪੰਚ ਦੇ ਘਰ ਗਏ ਨਹੀਂ, ਫਿਰ ਦੱਸਿਆ ਉਹਨਾਂ ਦਾ ਨਾਲੇ ਘਰ ਸਾ ਮੇਰੇ ਘਰ ਦੇ, ਤਾਂ ਨਹੀਂ ਕਿਹਾ ਵੀ ਬਲਵਿੰਦਰ ਕੌਰ ਨੂੰ ਦੱਸਿਓ ਨਾ ਹਜੇ ਧੂੰਆਂ ਨਿਕਲਦਾ ਚਾਹ ਪਾਣੀ ਪੀ ਲਓ ਨਾਲੇ ਘਰ ਸੇ ਜਿੱਦਾਂ ਇੱਦਾਂ। ਫਿਰ ਮੈਂ ਬਾਹਰ ਨਿਕਲੀ, ਬੜੇ ਲੋਕ ਇਕੱਠੇ ਹੋਏ, ਜਿਹੜਾ ਆਵੇ ਉਹੀ ਖੜੀ ਜਾਵੇ, ਸਾਨੂੰ ਪਤਾ ਨਹੀਂ ਇਹ ਕਿਹੜੇ ਬਾਬੇ ਨੂੰ ਫਿਰ ਤੋਂ ਮੁੰਡੇ ਬੁਲਾਇਆ, ਕਹਿੰਦੇ ਪ੍ਰਾਹੁਣਾ ਆਇਆ ਘਰ, ਪ੍ਰਾਹੁਣਾ ਆਇਆ ਤਾਂ ਕੋਈ ਕਿਤੇ ਮੁੱਕ ਕੇ ਸਾਨੂੰ ਭੇਤ ਨਹੀਂ ਲੱਗਾ, ਆਏ ਤਾਂ ਪਤਾ ਲੱਗਾ ਆਪਣੇ ਸਾਰੀ ਦੁਨੀਆ 'ਚ ਉਹਦਾ ਨਾਮ। ਦੇਸ਼ ਰਾਜ ਮੁੰਡਾ ਮੇਰਾ ਛੋਟਾ ਉਸ ਘਰ 'ਚ ਖਤਮ ਹੋਈ ਆ, ਸ਼ਹੀਦ ਹੋਈ ਆ। ਹਾਂ, ਤੇ ਉਹਨਾਂ ਦੇ ਬੱਚੇ ਕਿੱਥੇ ਰਹਿ ਰਹੇ? ਹਾਂ, ਕੁੜੀ ਤਾਂ ਮੁੰਡਾ ਉਹਦਾ ਕਿੱਥੇ ਰਹਿੰਦੇ ਆ? ਅੰਮ੍ਰਿਤਸਰ ਨਾ ਆਉਂਦੀ ਆ ਕੋਈ? ਠੀਕ ਹੈ। ਸਰਕਾਰ ਨੇ ਉਸ ਤੋਂ ਬਾਅਦ ਤੁਹਾਨੂੰ ਕਦੀ ਪੁੱਛਿਆ? ਕਦੀ ਨਹੀਂ ਪੁੱਛਿਆ ਸਰਕਾਰ ਨੇ? ਕਦੀ ਨਹੀਂ। ਕਦੀ ਕਿਸੇ ਪ੍ਰੋਗਰਾਮ 'ਚ ਸਰਕਾਰ ਨੇ ਤੁਹਾਨੂੰ ਸੱਦਿਆ ਹੀ ਨਹੀਂ? ਤਾਂ ਅੱਛਾ, ਮੈਂ ਤਾਂ ਕਦੀ ਨਹੀਂ ਬੁਲਾਇਆ ਸ਼ਹੀਦ ਹੋਣ ਦੇ। ਸੱਦਿਆ ਨਹੀਂ? ਕਦੀ ਨਹੀਂ ਬੁਲਾਇਆ? ਪੰਜ 6 ਨਹੀਂ ਬੁਲਾਇਆ, ਚਾਰ 5 ਨਹੀਂ ਬੁਲਾਇਆ, ਫਿਰ ਨਹੀਂ ਉਹਨਾਂ ਨੇ ਸੱਦਿਆ, ਕੁਛ ਇਹਨੇ ਨਹੀਂ ਸੱਦਿਆ। ਉਹਨਾਂ ਨੇ ਫੋਟੋ ਦੇ ਦਿੱਤੇ, ਇੱਕ ਗਣੀਆਂ ਕੰਬਲ ਦਿੱਤੇ ਆ ਵਾਪਸ। ਉਹਨਾਂ ਨੇ ਕੋਈ ਵਾਅਦਾ ਕੀਤਾ ਸੀ ਤੁਹਾਡੇ ਨਾਲ? ਕਿਹੜਾ ਵਾਅਦਾ ਕੀਤਾ ਸੀਗਾ? ਠੀਕ ਹੈ ਨਾ, ਕੀਤਾ ਹਾਂ। ਕੀ ਵਾਅਦਾ ਕੀਤਾ ਸੀ? ਪਹਿਲਾਂ ਕੀਤਾ ਸਰਕਾਰ ਨੇ ਮੁੰਡੇ ਨੂੰ ਵੜਿਆ ਹਾਂ, ਫਿਰ ਨੌਕਰੀ ਨਹੀਂ ਮਿਲੀ ਇਹਨੂੰ,